ਕਹਿੰਦੇ ਤੁਹਾਨੂੰ ਵੀ ਕੋਈ ਧਮਕੀ ਧੁਮਕੀ ਮਿਲੀ ਆ? ਨਾ ਹਾਂ ਨਾ ਮੈਂ ਸੁਣਿਆ ਵਾ, ਮੈਨੂੰ ਬੰਦੇ ਕਹਿੰਦੇ ਨਾ ਬਈ ਹਾਂ ਬਈ ਊ ਕੋਈ ਆਹ ਜਿਹੜੀ ਕਬੂਤਰਬਾਜੀ ਜਿਵੇਂ ਕਬੱਡੀ ਵਾਲਿਆਂ ਨੂੰ ਮਿਲਦੀ ਆ ਬਈ ਕਬੂਤਰ ਹਰੇਕ ਪਾਸੇ ਮੋਰ ਮੋਰ ਮੋਰ? ਨਾ ਕੋਈ ਧਮਕੀ ਨਹੀਂ ਮਿਲੀ। ਅੱਛਾ ਠੀਕ ਆ ਠੀਕ ਆ ਬਿਲਕੁਲ। ਇਹ ਹਰੇਕ ਸਾਲ ਹੀ ਇੰਨਾ ਜਿੱਤਦੇ ਹੋ? ਨਾ 2 ਸਾਲ ਦਾ ਲੋਕਡਾਊਨ 'ਚ ਹੀ ਲੰਘੇ। ਉਹ ਤਾਂ ਲੰਘੇ, ਤੁਹਾਡੇ ਕਬੂਤਰ ਤਾਂ ਨਹੀਂ ਕਦੇ ਬਿਮਾਰ ਹੋਏ? ਬਿਮਾਰ ਹੋ ਜਾਂਦੇ ਆ। ਜਿੱਤਦੇ ਤਾਂ ਹੈਗੇ ਹੋ? ਹਾਂ ਹਾਂ। ਉਹ ਬਹਾਨੇਬਾਜ਼ੀ ਤਾਂ ਨਹੀਂ? ਨਾ ਨਾ। ਉਹ ਜਿਵੇਂ ਕਹਿੰਦੇ ਜੀ ਸਾਡੇ ਤਾਂ ਬਿਮਾਰ ਹੋਏ ਹੋਏ ਆ? ਨਹੀਂ, ਆਪਣੇ ਤਾਂ ਉੱਡ ਜਾਂਦੇ ਬਿਮਾਰ। ਪਿਛਲੇ ਸਾਲ ਬਿਮਾਰ ਸੀਗੇ, ਪਿੱਛੋਂ ਆ ਕੇ 9-10 ਵਾਜੀਆਂ ਜਿੱਤ ਗਏ। ਅੱਛਾ ਮੈਨੂੰ ਇੱਕ ਗੱਲ ਹੋਰ ਦੱਸਿਓ ਮੋਰ ਬਾਈ ਜੀ, ਮੈਂ ਪੁੱਛਦਾ ਤਾਂ ਚੰਗਾ ਨਹੀਂ ਲੱਗਦਾ, ਕਹਿੰਦੇ ਵੀ ਤੁਸੀਂ ਜਿਵੇਂ ਹੁਣ ਉੱਥੇ ਕਿੱਥੇ ਬਾਜੀਆਂ ਛੱਡਦੇ ਹਾਂ ਵੀ ਸਾਰੇ ਤੁਹਾਡੇ ਚੇਲੇ ਤੁਹਾਡੇ ਨਾਂ 'ਤੇ ਛੱਡ ਦਿੰਦੇ, ਅਗਲਾ ਕਹਿੰਦਾ ਵੀ ਮੋਰ ਮੋਰ ਹੋਈ ਜਾਂਦੀ ਆ? ਛੱਡੀ ਜਾਂਦੇ ਕੁਛ ਨਹੀਂ ਹੁੰਦਾ। ਅੱਜ ਇੱਕ ਹੁਣ ਫੋਨ ਆਇਆ ਸੀਗਾ ਪਾਕਿਸਤਾਨ 'ਚੋਂ, ਕਹਿੰਦਾ ਮੈਂ ਤੇਰੇ ਨਾਂ 'ਤੇ ਬਾਜੀ ਛੱਡੀ, ਕੱਲ੍ਹ ਬਹੁਤ ਉੱਡਿਆ ਕਬੂਤਰ, ਰਾਤ ਉੱਤੀ ਰਹਿ ਗਿਆ ਕਹਿੰਦਾ। ਅੱਛਾ ਕੋਈ ਮੋਰਨੀ ਤਾਂ ਨਹੀਂ ਕੋਈ ਉੱਤੇ ਰਹਿ ਗਿਆ? ਨਾ ਇਹ ਇੰਨੀ ਖੇਡ ਜਿਹੜਾ ਤੁਸੀਂ ਚੇਲੇ ਬਹੁਤ ਬਣਾਏ ਆ, ਚੇਲਿਆਂ ਦਾ ਕਹਿੰਦੇ ਕੋਈ ਜਿੱਤਦਾ ਹੀ ਨਹੀਂ? ਜਿੱਤਦਾ ਕਿਉਂ ਨਹੀਂ? ਆਪਾਂ ਗੁਰਪ੍ਰੀਤ ਸਲੀਨਾ ਟ੍ਰੈਕਟਰ, ਸਲੀਨਾ ਟ੍ਰੈਕਟਰ ਜਿੱਤਿਆ ਢੋਲਣਾ, ਢੋਲਣਾ ਉਹ ਕਹਿੰਦਾ ਚੇਲਿਆਂ ਦਾ ਠੇਕਾ ਲਿਆ। ਮਾਣਕੀ ਵਜੂਹੇ ਵਾਲਾ, ਮਾਣਕੀ ਵਜੂਹੇ ਵਾਲਾ ਆਹ ਸੀਜ਼ਨ ਦੀ ਛੇਲਵੀਂ ਬਾਜੀ ਜਿੱਤਿਆ ਕੱਲ੍ਹ। ਅੱਛਾ ਉਹ ਉਹ ਤੁਹਾਡਾ ਚੇਲਾ? ਹਾਂ ਹਾਂ। ਚੇਲੇ ਕਿੰਨੇ? 150 ਹੈਗਾ? ਨੌ ਨੌ। ਅੱਛਾ ਚੇਲੇ ਹੋਣੇ 17-18। ਸਤਾਰਾਂ ਅਠਾਰਾਂ? ਅੱਛਾ ਇਹ 17-18 ਚੇਲੇ ਬਣਾਏ ਤੁਸੀਂ ਅਤੇ ਸਾਰੇ ਮੋਰ ਬਾਈ, ਇੰਨੇ ਕਬੂਤਰ ਬਾਕੀਆਂ ਨੂੰ ਬਿੱਥ ਕਿਵੇਂ ਪਾ ਜਾਂਦੇ ਆ? ਰੱਬ ਨੂੰ ਵੀ ਪਤਾ ਭਰਾ। ਹੈਂ, ਤੁਹਾਨੂੰ ਕੁਛ ਨਹੀਂ ਪਤਾ? ਨਾ ਨਹੀਂ ਮਾੜਾ ਕੋ, ਆਹ ਦੇਖੋ ਸਾਰੇ ਬੰਦੇ ਸੋਨੀ ਹੋਣੀ, ਗਲਜਾਰ ਹੋਣੀ, ਕੋਈ ਨਾ ਕੋਈ ਨੁਕਤਾ ਦੱਸ ਦਿੰਦੇ ਆ ਨਵੇਂ ਬੰਦੇ ਨੂੰ, ਚੇਲਾ ਬਣਾ ਕੇ ਦੱਸੋਗੇ? ਨਹੀਂ ਨਹੀਂ, ਇਹਨਾਂ ਨੂੰ ਆਉਂਦੇ ਹੋਣੇ, ਆਪਾਂ ਨੂੰ ਆਉਂਦਾ ਨਹੀਂ ਕੋਈ ਨੁਕਤਾ। ਚੇਲੇ ਤਾਂ ਸਾਰਿਆਂ ਨੂੰ ਵੱਧ ਤੁਹਾਡੇ ਆ, 17 ਤੁਸੀਂ ਘੱਟ ਕਹੇ ਆ, 37 ਤਾਂ ਮੈਂ ਬੜਾ ਜਿਹੜਾ ਮੈਨੂੰ ਪਤਾ, ਗਜਾਰ ਦੇ 70-80 ਆ। ਗਜਾਰ ਦੇ ਨਹੀਂ, ਇੰਨੇ ਤਾਂ ਨਹੀਂ ਹੈਗੇ, ਹੈਗੇ ਆ ਫਿਰ ਤੁਹਾਡੇ 140 ਹੋਣਗੇ ਜੇ ਉਹਦੇ 70-80 ਆ। ਨਾ ਨਾ ਵਾਹ, ਇੰਨੇ ਕੇ 20 ਚੇਲੇ ਆ, 20 ਮਾਰੋ ਵੀ 120 ਆ, 120 ਕਹਦੇ ਭਾਵੇਂ 300 ਕਹਦੇ, ਐਂ ਕੀ ਹੁੰਦਾ? ਕਹਿਣ ਨੂੰ ਤਾਂ ਕਹਿੰਦਾ, ਲੋਕ ਤਾਂ ਜਿਹੜੇ ਹਿਸਾਬ ਲਾਈ ਜਾਂਦੇ ਹੋਣਗੇ ਵੀ 1.5 ਕਰੋੜ ਹੋ ਗਿਆ ਜੇ 300 ਕਹਿਤਾ, ਚੋਰ ਫੇਰ ਕੀ ਹੁੰਦਾ ਲਾਈ ਜਾਣ ਸਾਹਿਬ। ਮੋਰ ਬਾਈ ਨਿਮਰਤਾ ਬਹੁਤ ਆ ਤੁਹਾਡੇ 'ਚ ਹੈ? ਨਾ ਨਾ, ਉਹ ਕਹਿੰਦਾ ਕਿਸ਼ਤਾਂ ਦਿੰਦੇ ਆ, ਉਹ ਲੈਂਦਾ ਪਤਾ, ਉਹ ਬਣਾਉਂਦਾ ਕਿਸ਼ਤਾਂ ਦੇਣ ਨੂੰ ਪਤਾ। ਬਾਈ ਜੀ, ਅੱਜ ਇੱਕ ਨਵੇਂ ਕਿਸਮ ਦੀ ਡਿਬੇਟ, ਮੇਰੇ ਖਿਆਲ ਵੀ 2 ਲੱਖ ਬੰਦੇ ਤੋਂ ਵੀ ਅੱਜ ਪਾਰ ਇਹ ਮੂਵੀ ਹੋ ਜੂ। ਅੱਜ ਗਲਜਾਰ ਬਾਈ ਬੰਦੇ ਸਾਰੇ ਆ ਕੇ, ਮੈਨੂੰ ਵੀ ਸੈਂਡਲ ਲੈ ਕੇ ਉੱਤੇ ਬਹਿਣਾ ਪਊਗਾ ਹੁਣ। ਅੱਜ ਬਹੁਤ ਆ ਬਾਈ ਜੀ, ਵੱਡੀ ਡਿਬੇਟ ਚੱਲੂਗੀ ਅੱਜ ਸਾਰਿਆਂ। ਚੀਨਾ ਬਾਈ ਵੀ ਉੱਠਿਆ ਆ, ਬੱਲੇ ਬੱਲੇ ਬੱਲੇ, ਹਾਏ ਹਾਏ ਬਾਈ, ਬਹਿ ਜਾਈਏ ਹੁਣ ਤਾਂ। ਸੋਨੀ ਬਾਈ, ਸੋਨੀ ਆਸ਼ੂ ਵੀ ਬੈਠਾ। ਮੋਰ ਬਾਈ, ਅੱਜ ਹੁਣ ਦੁਨੀਆ ਨੇ ਜਿਹੜਾ ਆਹ ਪ੍ਰੋਗਰਾਮ ਹੋ ਗਿਆ, ਜਿੰਨੀਆਂ ਮਰਜ਼ੀ ਕੁੜੀਆਂ ਨੂੰ ਇੰਟਰਵਿਊਆਂ ਦੇ ਦਿੱਤੀਆਂ, ਜਿੰਨੀਆਂ ਮਰਜ਼ੀ ਕਿਸੇ ਨੂੰ ਦੇ ਦਿੱਤੀਆਂ, ਪਰ ਅੱਜ ਵਾਲੀ ਨੇ ਰਿਕਾਰਡ ਤੋੜ ਦੇਣਾ। ਠੀਕ ਹੈ। ਹੁਣ ਤੁਸੀਂ ਕਹਿੰਦੇ ਹੋ ਵੀ ਗਲਜਾਰ ਦੇ 70 ਚੇਲੇ ਆ, ਅਤੇ ਉਹ ਪਿੱਛੇ ਇੱਕ ਖੜਾ ਰਵੀ ਰੁਮਾਲ ਸਿੱਟ ਕਰੀ ਜਾਂਦਾ, ਲੋਕ ਕਹਿੰਦੇ ਤੁਹਾਡੇ 300 ਆ, ਹੋਣਗੇ ਯਾਰ ਹੋਣਗੇ, ਹੋਣਗੇ ਹੁਣ ਤੁਸੀਂ ਬੈਠੇ ਤੇ ਜਦੇ ਕਹਿ ਤਾ ਵੀ ਹੋਣਗੇ, ਨਹੀਂ ਚੇਲਿਆਂ ਦਾ ਨੀ ਪਤਾ। ਹਾਂ, ਪਰ ਮੋਰ ਨੇ ਕਿ ਤੈ ਲਾ ਦੀ ਲੋਕਾਂ ਦੀ, ਤੈ ਬੰਬ ਕੱਢਦੇ, ਕਹਿ ਰਿਕਾਰਡ ਜਿਹੜਾ ਬਣਾਤਾ ਇਹਦੇ ਲਈ ਤਾੜੀਆਂ ਬਣਦੀਆਂ ਬਾਈ ਜੀ, ਇਹਦੇ ਲਈ ਗੱਡੀਆਂ ਤਾੜੀਆਂ ਬਣਦੀਆਂ ਪੂਰੀਆਂ। ਚਾਰ ਟਰੈਕਟਰ ਜਿੱਤਣੇ ਕਿਹੜਾ ਸੌਖੇ ਯਾਰ, 6 ਟਰੈਕਟਰ ਜਿੱਤੇ ਬੰਦੇ ਨੇ, ਜਿੱਦਾਂ ਟਰੈਕਟਰ ਜਿਹੜੇ ਟਰੈਕਟਰ ਦਾ ਵੀ ਇਹ ਜਿੱਤ ਜਾਂਦਾ, ਟਰੈਕਟਰ ਦਾ ਇਹਨੂੰ ਇਹੋ ਜਿਹਾ ਵਾ ਵੀ ਜਿੱਥੇ ਹੱਥ ਜਾ ਸਭ ਟਰੈਕਟਰ ਜਿੱਤੇ, ਪਤਾ ਨਹੀਂ ਕਿੱਥੋਂ ਆ ਜਾਂਦੇ, ਇਹਦੇ ਇੱਦਾਂ ਚੱਲਿਆ ਗਿਆ 33 ਦੇ ਵਿੱਚੋਂ ਇਕੱਲਾ ਹੀ ਆਇਆ ਇਹਦਾ।